ਜ਼ਿਲ੍ਹਾ ਹੁਸ਼ਿਆਰਪੁਰ ਦੇ ਲਈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਅਤੇ ਸਾਡੇ ਟਰਾਂਸਪੋਰਟ ਮਿਨਿਸਟਰ ਮੇਰੀ ਭੈਣ ਰਜ਼ੀਆ ਜੀ ਦਾ ਅਤੇ ਸਾਡੇ ਜਿੰਨੇ ਅਫੀਸਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਔਰ ਸਾਡੇ ਸੈਕਟਰੀ ਰੈੱਡ ਕਰੋਸ ਸਾਡੇ ADC ਸਾਹਿਬ ਬਾਕੀ ਜਿੰਨੀ ਵੀ ਟੀਮ ਹੈ ਇਹਨਾਂ ਦੀ ਜਿਨ੍ਹਾਂ ਨੇ ਇੱਥੇ ਵਰਕ ਕੀਤਾ ਇੱਕ ਬਹੁਤ ਬੜੀ ਦੇਣ ਹੈ ਇਹ ਮਾਝਾ ਦੁਆਬੇ ਲਈ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਡਰਾਈਵਰ ਭਰਾਵਾਂ ਨੂੰ ਮੁਕਤਸਰ ਜ਼ਿਲ੍ਹੇ ਦੇ ਅੰਦਰ ਜਾਣਾ ਪੈਂਦਾ ਸੀ ਉੱਥੇ ਕੋਈ ਰਹਿਣ ਦਾ ਸਾਧਨ ਨਹੀਂ ਸੀ ਔਰ ਉੱਥੇ ਕੋਈ ਹੋਟਲ ਨਹੀਂ ਸੀਗੇ ਜਾਂ ਕੋਈ ਜਗ੍ਹਾ ਨਹੀਂ ਸੀ ਅੱਜ ਉਹ ਇੱਥੇ ਆਉਣਗੇ ਔਰ ਇੱਥੇ ਆ ਕੇ ਜਿਹੜਾ ਆਪਣਾ 2 ਦਿਨ ਦਾ ਕੋਰਸ ਪੂਰਾ ਕਰਕੇ ਬਹੁਤ ਅੱਛੇ ਟੀਚਰ ਰੱਖੇ ਗਏ ਆ 2 ਦਿਨ ਦਾ ਕੋਰਸ ਪੂਰਾ ਕਰਕੇ ਜਿਹੜਾ ਕਿ ਇੱਥੇ ਅਸੀਂ ਰੈਨ ਬਸੇਰਾ ਸਾਡੇ ਕੋਲ ਕਾਰਪੋਰੇਸ਼ਨ 'ਚ ਬਣੇ ਹੋਏ ਨੇ ਰੱਖਣ ਦਾ ਵੀ ਇੰਤਜ਼ਾਮ ਹੋਏਗਾ ਖਾਣ ਪੀਣ ਦਾ ਵੀ ਉਹਨਾਂ ਦਾ ਪੂਰਾ ਖਾਣੇ ਦਾ ਇੱਥੇ ਇੰਤਜ਼ਾਮ ਹੋਏਗਾ ਮੈਂ ਸਮਝਦਾ ਕਿ ਜਿਹੜੀ ਉਹਨਾਂ ਨੂੰ ਦਿੱਕਤ ਆਉਂਦੀ ਸੀ ਐਡੀ ਦੂਰ ਜਾਣਾ ਪੈਂਦਾ ਸੀ ਉਹ ਨਹੀਂ ਜਾਣਾ ਪੈਂਦਾ ਇਹਦੇ ਨਾਲ ਉਮੀਦ ਕਰਾਂ ਕਿ ਲੁਧਿਆਣਾ ਦੀ ਵੀ ਆਈਆਂ ਨੇ ਉਹਨਾਂ ਨੇ ਅੱਜ ਅਜੇ ਸ਼ੁਰੂ ਹੀ ਕੀਤਾ ਅਤੇ 71 ਬੱਚਿਆਂ ਦੀ ਹੋ ਚੁੱਕੀ ਹੈ ਰਜਿਸਟਰੇਸ਼ਨ ਲੁਧਿਆਣਾ ਆਏਗਾ ਨਵਾਂਸ਼ਹਿਰ ਆਏਗਾ ਕਪੂਰਥਲਾ ਆਏਗਾ ਹੁਸ਼ਿਆਰਪੁਰ ਤਾਂ ਹੈ ਜਲੰਧਰ ਇਹਦੇ ਨਾਲ ਨਾਲ ਲੱਗਦੇ ਉਮੀਦ ਕਰਦੇ ਹਾਂ ਕਿ ਜਿੰਨਾ ਅੱਛਾ ਇੱਥੇ ਦਾ ਸਿਸਟਮ ਹੈ ਮੈਂ ਉਮੀਦ ਕਰਦਾ ਕਿ ਕਿਸੇ ਕਿਸੇ ਨੂੰ ਜਦ ਅਸੀਂ ਰਹਿਣ ਦਾ ਕੋਈ ਪੈਸਾ ਨਹੀਂ ਲੈਣਾ ਕੋਈ ਦਿੱਕਤ ਨਹੀਂ ਹੈ ਇੱਥੇ ਤਾਂ ਮੈਂ ਸਮਝਦਾ ਕਿ ਬਹੁਤ ਇਹਦਾ ਸਾਡੇ ਡਰਾਈਵਰ ਭਰਾਵਾਂ ਦਾ ਜਿਹੜਾ ਇਹ ਮਸਲਾ ਹੱਲ ਹੋਏਗਾ ਔਰ ਉਹ ਈਜ਼ੀ ਫੀਲ ਕਰਨਗੇ ਔਰ ਇੱਕ ਬਹੁਤ ਅੱਛਾ ਮਾਹੌਲ ਅਸੀਂ ਦੇਣ ਦੀ ਪੂਰਾ ਪ੍ਰਯਾਸ ਕਰਾਂਗੇ ਮੈਨੂੰ ਆਪਣੀ ਟੀਮ 'ਤੇ ਪੂਰੀ ਸਾਡੀ ਐਡਮਿਨਿਸਟ੍ਰੇਸ਼ਨ ਔਰ ਰੈੱਡ ਕਰੋਸ ਪੂਰੀ ਇਹ ਲਗਨ ਨਾਲ ਇਹ ਕੰਮ ਕਰੇਗਾ।